ਇਹ ਖਬਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਹੈ। ਦਰਅਸਲ ਦੀਨਾਨਗਰ 'ਚ ਇੱਕ ਕਲਜੁਗੀ ਬਾਪ ਵੱਲੋਂ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਆਪਣੇ ਹੀ 17 ਸਾਲਾਂ ਦੀ ਧੀ ਨਾਲ ਲਗਾਤਾਰ 2 ਮਹੀਨੇ ਤੋਂ ਬਲਾਤਕਾਰ ਕੀਤਾ ਜਾ ਰਿਹਾ ਸੀ। ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਪੀੜਤ ਲੜਕੀ ਦੇ ਭਰਾ ਨੂੰ ਇਸ ਦੀ ਭਿਣਕ ਲੱਗੀ, ਜਿਸ ਤੋਂ ਬਾਅਦ ਲੜਕੀ ਦੇ ਭਰਾ ਵੱਲੋਂ ਲੜਕੀ ਨੂੰ ਨਾਲ ਲਿਆ ਕੇ ਥਾਣਾ ਦੀਨਾਨਗਰ 'ਚ ਆਪਣੇ ਹੀ ਪਿਤਾ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੀਨਾਨਗਰ ਦੇ ਬੇਰੀਆਂ ਮੁਹੱਲੇ ਦੀ ਰਹਿਣ ਵਾਲੀ 17 ਸਾਲਾਂ ਨਾਬਾਲਗ ਲੜਕੀ ਦੇ ਮੁਤਾਬਿਕ ਉਸ ਦੀ ਮਾਤਾ ਉਹਨਾਂ ਨੂੰ ਪਹਿਲਾਂ ਹੀ ਛੱਡ ਕੇ ਜਾ ਚੁੱਕੀ ਹੈ ਅਤੇ ਵੱਡੇ ਭਰਾ ਦਾ ਵੀ ਵਿਆਹ ਹੋ ਚੁੱਕਾ ਹੈ ਜੋ ਕਿ ਕਿਰਾਏ ਦੇ ਮਕਾਨ 'ਤੇ ਉਹਨਾਂ ਨਾਲੋਂ ਅਲੱਗ ਰਹਿੰਦਾ ਹੈ। ਪੀੜਤਾ ਵੱਲੋਂ ਦੱਸਿਆ ਗਿਆ ਹੈ ਕਿ ਉਸ ਦਾ ਇੱਕ ਛੋਟਾ ਭਰਾ ਵੀ ਹੈ, ਪਰ ਉਸ ਦਾ ਹੈਵਾਨ ਪਿਤਾ ਉਸ ਦੇ ਭਰਾ ਨੂੰ ਰੋਜ਼ ਰਾਤ ਨੂੰ ਸ਼ਰਾਬ ਪਿਲਾ ਦਿੰਦਾ, ਜਿਸ ਕਰਕੇ ਉਹ ਬੇਸੁਰਤ ਹੋ ਕੇ ਸੌਂ ਜਾਂਦਾ, ਜਿਸ ਤੋਂ ਬਾਅਦ ਉਸ ਦਾ ਪਿਤਾ ਉਸ ਨਾਲ ਦੁਸ਼ਕਰਮ ਕਰਦਾ ਸੀ। ਲੜਕੀ ਵੱਲੋਂ ਆਪਣੇ ਵੱਡੇ ਭਰਾ ਨੂੰ ਜਦ ਸਾਰਾ ਮਾਮਲਾ ਦੱਸਿਆ ਤਾਂ ਉਸ ਦੇ ਭਰਾ ਵੱਲੋਂ ਲੜਕੀ ਨੂੰ ਨਾਲ ਲੈ ਕੇ ਦੀਨਾਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਲੜਕੀ ਦੇ ਮੁਤਾਬਿਕ ਉਸ ਦਾ ਪਿਤਾ ਉਸ ਨੂੰ ਇਹ ਗੱਲ ਕਿਸੇ ਨੂੰ ਦੱਸੇ ਜਾਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ। ਮੇਰੇ ਪਿਤਾ ਬਹੁਤ ਗਲਤ ਕੰਮ ਕਰਦੇ ਆ ਤੇ ਮੇਰੀ ਮੰਮੀ ਸਾਨੂੰ ਛੱਡ ਕੇ ਚੱਲ ਗਈ ਆ। ਤੇ ਘਰ ਕੌਣ ਕੌਣ ਰਹਿੰਦਾ ਹੁਣ? ਘਰ ਮੇਰੇ ਭੈਣ, ਮੇਰੇ ਭਰਾ, ਮੇਰੇ ਡੈਡੀ ਤੇ ਮੈਂ। ਭਰਾ ਕਿੰਨਾ ਜ਼ਿਆਦਾ ਛੋਟਾ ਤੁਹਾਡੇ ਤੋਂ? ਹਾਂਜੀ। ਤੇ ਵੱਡਾ ਭਰਾ ਕਿੱਥੇ ਰਹਿੰਦਾ? ਵੱਡਾ ਭਰਾ ਕਿਰਾਏ ਤੇ ਰਹਿੰਦਾ ਆ। ਕਿਰਾਏ ਤੇ ਰਹਿੰਦੇ ਆ? ਹਾਂਜੀ। ਕੀ ਉਹਨਾਂ ਨੂੰ ਕਿਉਂ ਨਹੀਂ ਰਹਿਣ ਦਿੰਦੇ ਘਰ ਡੈਡੀ? ਉਹਨਾਂ ਨੂੰ ਵੀ ਮਾਰਦੇ ਰਿਹਾ ਸੀ ਤੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਰਹੇ ਸੀ। ਅੱਛਾ, ਤੇ ਹੁਣ ਪੁੱਤ ਹੁਣ ਕਿਹਨੂੰ ਦੱਸਿਆ ਕਿ ਮੇਰੇ ਨਾਲ ਗਲਤ ਕੰਮ ਕਰਦਾ? ਮੈਂ ਆਪਣੇ ਭਰਾ ਨੂੰ ਦੱਸਿਆ। ਹਾਂ, ਤੇ ਫਿਰ ਹੁਣ ਕੀ ਹੋਇਆ? ਪੁਲਿਸ ਲੈ ਗਈ? ਹਾਂਜੀ, ਉਹਨੂੰ ਪੁਲਿਸ ਲੈ ਗਈ। ਤੇ ਹੁਣ ਕੀ ਪੁੱਤ ਕੀ ਮੰਗ ਕਰਦੇ ਹੋ? ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਜੇਲ੍ਹ 'ਚ ਕਰਾਉਣਾ ਚਾਹੀਦਾ, ਸਜ਼ਾ ਹੋਣੀ ਚਾਹੀਦੀ ਡੈਡੀ। ਹਾਂਜੀ, ਠੀਕ ਹੈ। ਤੇ ਕੀ ਮਾਰਦਾ ਕੁੱਟਦਾ ਵੀ ਰਿਹਾ ਤੈਨੂੰ? ਹਾਂਜੀ, ਮਾਰਦਾ ਕੁੱਟਦਾ ਰਿਹਾ ਸੀ। ਅੱਛਾ, ਕਿੰਨੀ ਉਮਰ ਹੋਈ ਤੁਹਾਡੀ? 17 ਸਾਲ। ਤੇ ਪੜ੍ਹਦੇ ਨਹੀਂ ਹੋ ਤੁਸੀਂ? ਨਹੀਂ। ਮੇਰੀ ਭੈਣ ਛੋਟੀ ਜੇ। ਕੀ ਨਾਮ ਪੁੱਤ ਉਹਦਾ? ਮੁਸਕਾਨ। ਕਿੰਨੇ ਸਾਲ ਉਮਰ ਹੈ? 16 ਸਾਲ। ਅੱਛਾ, ਕੀ ਗੱਲਬਾਤ ਹੋ ਗਈ ਹੈ? ਉਹਨਾਂ ਨਾਲ ਡੈਡੀ ਗਲਤ ਕੰਮ ਕਰਦੇ ਰਹੇ ਜੇ। ਕੀ ਨਾਮ ਡੈਡੀ ਦਾ? ਰਾਜ ਕੁਮਾਰ। ਕਿੱਥੇ ਰਹਿੰਦੇ? ਕਿੱਥੇ? ਇੱਥੇ ਦੀਨਾਨਗਰ 'ਚ ਰਹਿੰਦੇ ਜੇ। ਅੱਛਾ, ਫਿਰ ਕੀ ਹੋਇਆ? ਉਹ ਗਲਤ ਕੰਮ ਕਰਦੇ ਰਹੇ ਜੇ ਇਹਨਾਂ। ਅੱਛਾ, ਤੇ ਸਾਨੂੰ ਪਤਾ ਨਹੀਂ ਜੇ। ਤੇ ਘਰ ਮੰਮੀ ਨਹੀਂ ਹੈਗੀ? ਮੰਮੀ ਨਹੀਂ ਹੈਗੀ ਜੇ ਘਰ। ਹਾਂਜੀ, ਮੰਮੀ ਹੈ ਨਹੀਂ ਤੁਹਾਡੇ? ਮੰਮੀ ਹੈ ਨਹੀਂ, ਤੇ ਛੋਟੇ ਭੈਣ ਭਰਾ ਕਰਕੇ ਵਿਆਹ ਕਰਾ ਲਿਆ ਜੇ ਮੈਂ। ਅੱਛਾ, ਹਾਂਜੀ। ਫਿਰ ਇੱਥੇ ਇਹਨਾਂ ਦੇ ਨਾਲ ਰਹਿੰਦੇ ਰਹੇ ਡੈਡੀ ਉਹਨਾਂ ਨਾਲ? ਨਹੀਂ ਰਹਿੰਦੇ ਰਹੇ ਜੇ। ਕਿਉਂ? ਜਦੋਂ ਘਰ ਆਉਂਦੇ ਜਾਂ ਮਾਰ ਕੁੱਟ ਕੇ ਬਾਹਰ ਕੱਢ ਦਿੰਦੇ ਰਹੇ ਡੈਡੀ। ਹਾਂਜੀ। ਅੱਛਾ, ਤੇ ਮੈਂ ਫਿਰ ਵੱਖਰੇ ਰਹਿਣ ਲੱਗ ਪਿਆ ਜੇ ਕਿਰਾਏ ਤੇ। ਸਾਨੂੰ ਨਹੀਂ ਪਤਾ ਇਹਦੇ ਦਿਲ 'ਚ ਕੀ ਆ। ਅੱਛਾ, ਤੇ ਹੁਣ ਕੁੜੀ, ਛੋਟੀ ਕੁੜੀ ਨੇ ਸਾਨੂੰ ਦੱਸਿਆ ਜੀ ਕਿ ਮੇਰੇ ਨਾਲ ਗਲਤ ਕੰਮ ਹੋ ਰਿਹਾ ਜੀ। ਕਿੰਨੇ ਚਿਰ ਤੋਂ? ਦੋ ਮਹੀਨਿਆਂ ਤੋਂ ਹੋਏ ਇਹਦਾ ਗਲਤ ਕੰਮ। ਅੱਛਾ, ਹਾਂਜੀ। ਤੇ ਘਰ ਜਿਹੜਾ ਛੋਟਾ ਭਰਾ ਹੁੰਦਾ ਸੀ ਉਹ ਛੋਟਾ ਉਹਨੇ ਨਹੀਂ ਦੱਸਿਆ ਕੁਛ? ਛੋਟਾ ਭਰਾ ਨੂੰ ਸ਼ਰਾਬ ਪੀ ਕੇ ਸਵਾਉਂਦੇ ਰਹੇ ਜੀ। ਅੱਛਾ, ਡੈਡੀ ਤੇ ਬਾਅਦ 'ਚ ਇੰਨਾ ਗਲਤ ਕੰਮ ਕਰਦੇ ਰਹੇ। ਹੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ? ਪੁਲਿਸ ਨੂੰ ਕਰ ਦਿੱਤੀ ਦਰਖਾਸਤ? ਹਾਂਜੀ ਦਿੱਤੀ। ਫਿਰ ਉਸ ਤੋਂ ਬਾਅਦ ਕੀ ਹੋਇਆ? ਹੁਣ ਥਾਣੇ ਜੀ ਲੈ ਕੇ ਗਏ ਕੱਲ ਦੇ। ਕੀ ਮੰਗ ਕੀ ਕਰਦੇ ਹੋ ਹੁਣ? ਕੀ ਮੰਗ ਕੀ ਕਰਦੇ ਹੋ? ਮੰਗ ਇਹੀ ਜੇ ਕਿ ਇਹਨੂੰ ਮੇਰੀ ਛੋਟੀ ਭੈਣ ਨਾਲ ਇਨਸਾਫ ਕੀਤਾ ਜਾਵੇ, ਇਹੋ ਜਿਹੇ ਕਲਜੁਗੀ ਪਿਓ ਨੂੰ ਜੇਲ੍ਹ 'ਚ ਕੀਤਾ ਜਾਵੇ। ਫਿਲਹਾਲ ਪੁਲਿਸ ਵੱਲੋਂ ਆਰੋਪੀ ਪਿਤਾ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਦੀਨਾਨਗਰ ਦੇ DSP ਮੰਗਲ ਸਿੰਘ ਨੇ ਦੱਸਿਆ ਹੈ ਕਿ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 376 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਅਤੇ ਹੋਰ ਵੀ ਇਸ ਕੇਸ ਦੇ ਵਿੱਚ ਜੇਕਰ ਕੋਈ ਤੱਥ ਸਾਹਮਣੇ ਆਉਂਦਾ ਹੈ ਤਾਂ ਉਸ ਮੁਤਾਬਕ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲੜਕੀ ਮੁਸਕਾਨ ਨਾਂ ਦੀ ਲੜਕੀ ਹੈ ਜੀ। ਹਾਂਜੀ, ਜਿਹੜੀ ਮੱਲਾ ਬੇਰੀਆਂ ਦੀਨਾਨਗਰ ਦੀ ਰਹਿਣ ਵਾਲੀ ਸੀ, ਉਹ ਕੱਲ੍ਹ ਸਾਡੇ ਕੋਲ ਇੱਥੇ ਆਈ ਥਾਣੇ ਦੀਨਾਨਗਰ, ਔਰ ਉਹਨੇ ਕੰਪਲੇਨ ਕੀਤੀ ਸੀ ਕਿ ਮੇਰੇ ਫਾਦਰ ਨੇ ਮੇਰੇ ਨੂੰ ਕੁੱਟਿਆ, ਮਾਰਿਆ ਔਰ ਮੇਰੇ ਨਾਲ ਜ਼ਬਰਦਸਤੀ ਕੀਤੀ। ਜਿਸ ਵਜ੍ਹਾ ਉਹਦੀ ਕੰਪਲੇਨ 'ਤੇ ਮੁਕਦਮਾ ਦਰਜ ਕੀਤਾ ਗਿਆ, ਉਹਦੇ ਫਾਦਰ ਦੀ ਗ੍ਰਿਫਤਾਰੀ ਵੀ ਕਰ ਲਈ ਗਈ। ਸਰ, ਹੋਰ ਮਤਲਬ ਕੀ ਤੱਥ ਸਾਹਮਣੇ ਆਏ ਜੀ? ਕਦੋਂ ਤੋਂ ਮਤਲਬ ਜ਼ਬਰ ਜਨਾਹ ਜਿਹੜਾ ਕਰ ਰਿਹਾ? ਤਫਤੀਸ਼ ਜਿਹੜੀ ਆ ਚੱਲ ਰਹੀ, ਤਫਤੀਸ਼ 'ਚ ਉਹਦੇ ਜੋ ਆਉਣਗੇ ਸਟੇਟਮੈਂਟ ਦੇ ਮੁਤਾਬਕ ਹਾਂ ਜੋ ਦੱਸੂਗੀ। ਅਤੇ ਪਹਿਲਾਂ ਤਾਂ ਉਹਨੇ ਹਜੇ ਇਹੋ ਦੱਸਿਆ ਕਿ ਮੇਰੇ ਨਾਲ ਇਹ ਡਰਾ ਕੇ ਮੈਂ ਤਾਂ ਜ਼ਬਰਦਸਤੀ ਕਰਦਾ ਸੀ। ਮੁਕੱਦਮਾ ਦਰਜ ਕਰ ਲਿਆ? ਮੁਕੱਦਮਾ ਦਰਜ ਕਰਕੇ ਤਫਤੀਸ਼। ਠੀਕ ਹੈ ਸਰ। ਫਿਲਹਾਲ ਇੱਕ ਵਾਰ ਫਿਰ ਰਿਸ਼ਤਿਆਂ ਨੂੰ ਤਾਰ ਤਾਰ ਕਰਦੇ ਇਸ ਮਾਮਲੇ ਦੀ ਚੁਫੇਰੇ ਨਿੰਦਾ ਕੀਤੀ ਜਾ ਰਹੀ ਹੈ। ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ, ਖਬਰ ਹਰਪਲ ਇੰਡੀਆ ਲਈ।